ਬਿਲਕੁਲ ਜਿਹੜੀ ਅੱਜ ਮੀਟਿੰਗ ਹੋਈ ਹੈ ਰਾਮਪੁਰਾ ਬਲਾਕ ਦੀ, ਢੋਲ ਬਲਾਕ, ਨਥਾਣਾ ਬਲਾਕ ਅਤੇ ਭਗਤਾ ਬਲਾਕ, ਇਹਨਾਂ ਦੀ ਜਿਹੜੀ ਡਿਊਟੀ ਲੱਗੀ ਹੈ ਜਿਹੜਾ 3 ਅਕਤੂਬਰ ਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਰੇਲਾਂ ਦਾ ਚੱਕਾ ਜਾਮ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ ਕਿ ਲਖੀਮਪੁਰ ਖੀਰੀ ਵਾਲੀ ਜਿਹੜੀ ਘਟਨਾ 3 ਅਕਤੂਬਰ ਨੂੰ ਵਾਪਰੀ ਸੀਗੀ, ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ, ਨਾਲ ਦੂਜੇ ਜਿਹੜੇ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਰੋਜ਼ ਨਵੇਂ ਨਾ ਨਵੇਂ ਕਿਹੜੇ ਕਿਸਾਨਾਂ 'ਤੇ ਬੋਝ ਪਾਇਆ ਜਾ ਰਿਹਾ। ਇੱਕ ਪਾਸੇ ਕਹਿ ਰਿਹਾ ਜੀ ਕਿਸੇ ਕਿਸਾਨ ਨੂੰ ਪਰਾਲੀ ਨੂੰ ਜਿਹੜਾ ਸਾਂਭ ਸੰਭਾਲ ਵਾਸਤੇ ਅਸੀਂ ਇੰਨੇ ਸੰਦ ਦਿੱਤੇ ਨੇ, ਦੂਜੇ ਪਾਸੇ ਗਰਾਊਂਡ ਲੈਵਲ 'ਤੇ ਕੁਛ ਵੀ ਨਹੀਂ। ਅਸੀਂ ਕਹਿ ਰਹੇ ਵੀ ਜਿਹੜਾ ਗਰਾਊਂਡ ਟ੍ਰਿਬਿਊਨ ਦਾ ਫੈਸਲਾ ਹੈ ਸਰਕਾਰ ਨੂੰ ਲਾਗੂ ਕਰਦੇ, ਅਸੀਂ ਕੋਈ ਵੀ ਕਿਸਾਨ ਅੱਗ ਨਹੀਂ ਲਾਵਾਂਗੇ। ਦੂਜੀ ਗੱਲ ਹੈਗੀ ਜਿਹੜੀ ਝੋਨੇ ਨੂੰ ਲੈ ਕੇ ਬੜਾ ਹਵਾ ਉੱਠ ਰਹੀ ਹੈ ਕਿਸਾਨਾਂ ਦੇ, ਐਤਕੀ ਝੋਨਾ ਵਿਕਣਾ ਨਹੀਂ, ਮੰਡੀਆਂ ਬੰਦ ਹੈ, ਇਹ ਭਰਾਵੋ ਹਰ ਵਾਰੀ ਵਪਾਰੀ ਲੋਕ ਸਰਕਾਰਾਂ ਕਰਦੀਆਂ ਹੋਈਆਂ, ਨਾ ਝੋਨਾ ਵਿਕਣ ਕਰਨੇ ਉਹ ਰਹਿਣਾ। ਪਰ ਬੇਨਤੀ ਹੈ ਜੇ ਸਾਰੀਆਂ ਗੱਲਾਂ ਇਹਨਾਂ ਤੋਂ ਛੁਟਕਾਰਾ ਪਾਉਣਾ ਅਤੇ ਦਿੱਤਾ 3 ਅਕਤੂਬਰ ਦਾ ਪ੍ਰੋਗਰਾਮ ਪੂਰੇ ਭਾਰਤ ਦੇ ਵਿੱਚ 12:30 ਤੋਂ ਲੈ ਕੇ 2:30 ਵਜੇ ਤੱਕ ਚੱਕਾ ਜਾਮ ਕਰਾਂਗੇ, ਅਤੇ ਜਿਹੜੇ 65 ਦਿੱਤੇ ਨੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੂਰੇ ਭਾਰਤ ਵਿੱਚ ਵੱਧ ਵੱਧ ਹਿੱਸਾ ਚੜ੍ਹ ਕੇ ਪਾਈਏ, ਜਿਵੇਂ ਤੁਸੀਂ ਇਲੈਕਸ਼ਨਾਂ 'ਤੇ ਜੋੜੇ ਲਾਏ ਨੇ। ਇਸ ਕਰਕੇ ਜਿਹੜੀਆਂ ਆਹ ਨੀਤੀਆਂ ਆ ਰਹੀਆਂ ਨੇ ਜ਼ਮੀਨ ਬਚਾਉਣ ਵਾਲੀਆਂ ਅਤੇ ਉਹਨਾਂ ਨੂੰ ਵੱਡੇ ਘਰਾਣਿਆਂ ਨੂੰ ਵਾਪਸ ਮੋੜਨ ਵਾਸਤੇ, ਇਸ ਕਰਕੇ ਬੇਨਤੀ ਹੈ ਕਿ 3 ਅਕਤੂਬਰ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸੰਬੰਧ ਦੇ ਵਿੱਚ ਅੱਜ 4 ਬਲਾਕਾਂ ਦੀ ਮੀਟਿੰਗ ਕੀਤੀ ਸੀ, ਰਾਮਪੁਰੇ ਬਲਾਕ ਇੱਥੇ ਰਾਮਪੁਰੇ, ਤਾਂ ਇਹਨਾਂ ਨੇ ਸਾਰਿਆਂ ਨੇ ਇਸ ਕਰਕੇ ਸਹਿਮਤੀ ਦਿੱਤੀ ਹੈ ਕਿ ਪੂਰੇ ਜੋਰ ਸ਼ੋਰ ਨਾਲ ਅਸੀਂ ਭੈਣਾਂ ਨੌਜਵਾਨ ਜਿਹੜੇ ਕਿਸਾਨ ਹੈ ਉੱਥੇ ਲੈ ਕੇ ਆਵਾਂਗੇ। ਅਤੇ ਜਿਹੜਾ ਸਾਡਾ ਦੋਨੇ ਫੋਰਮ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਜਿਹੜੇ ਮੋਰਚੇ ਚੱਲ ਰਹੇ ਆ, ਕਿਉਂਕਿ ਉਸ ਮੋਰਚੇ ਨੂੰ ਅਸੀਂ ਕੋਈ ਉੱਥੇ ਨਹੀਂ ਡੇਰਾ ਲਾਇਆ, ਸਰਕਾਰ ਨੇ ਰੋਕਿਆ, ਕੇਂਦਰ ਸਰਕਾਰ ਨੇ ਰੋਕਿਆ, ਹਰਿਆਣੇ ਨੇ ਰੋਕਿਆ, ਹਰਿਆਣੇ ਦੇ ਵਿੱਚ ਵੀ ਇਲੈਕਸ਼ਨ ਹੈ, ਉੱਥੇ ਇਸ਼ੂ ਇਹ ਪੂਰਾ ਪ੍ਰਚਾਰ ਹੈ ਕਿ ਕਿਸਾਨਾਂ ਨੂੰ ਕਿਉਂ ਰੋਕਿਆ, ਇਹ ਜਿਹੜੀਆਂ ਰੋਕਾਂ ਸਰਕਾਰ ਹਟਾਵੇ ਅਤੇ ਆਪਦੀਆਂ ਮੰਗਾਂ ਮਨਾਉਣ ਲਈ ਜਿਹੜਾ ਸਾਡਾ ਦਿੱਲੀ ਰਾਜਧਾਨੀ ਆ ਅਤੇ ਕਿਸਾਨਾਂ ਨੂੰ ਉੱਥੇ ਜਾਣ ਦਿਓ। ਤਾਂ ਭਰਾਵੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਜਿਹੜਾ ਆਪਾਂ ਕਿਹਾ ਸੀ ਕਿ ਦਿੱਲੀ ਚੱਲੋ ਦਾ ਨਾਰਾ ਦਿੱਤਾ ਸੀ, ਦਿੱਲੀ ਚੱਲਾਂਗੇ ਜਾਂ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਉਹ ਲਾਗੂ ਕਰ ਲਏ ਤਾਂ ਅਸੀਂ ਫਿਰ ਉਹਨਾਂ ਚਿਰ ਜਿਹੜਾ ਮੋਰਚਾ ਸਾਡੇ ਚੱਲਦੇ ਰਹਿਣਗੇ। ਇਹ ਜਿਹੜੇ ਪ੍ਰੋਗਰਾਮ ਦਿੱਤੇ ਸੀ ਲਖੀਮਪੁਰ ਖੀਰੀ ਵਾਲਾ ਉਹਦੇ ਨਾਲ ਜੋੜ ਕੇ ਦਿੱਤੇ ਆ, ਤਾਂ ਅਨੇਕਾਂ ਮੰਗਾਂ ਨੇ ਸਾਡੀਆਂ ਜਿਹੜੀਆਂ, ਜਿਵੇਂ ਝੋਨੇ ਦੇ ਕੱਟ ਲੱਗ ਰਿਹਾ, ਖਰੀਦ ਨਹੀਂ ਰਿਹਾ ਕੋਈ, ਇਹ ਸਾਰੀਆਂ ਗੱਲਾਂ ਪਰਾਲੀ ਵਾਲੇ ਮਸਲੇ ਆਉਣੇ ਆ, ਤਾਂ ਜਿਹੜੇ ਚਿੱਪ ਵਾਲੇ ਮੀਟਰ ਹੈ ਧੱਕੇ ਨਾਲ ਸਰਕਾਰ ਉਹ ਲਾ ਰਹੀ ਹੈ, ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ 3 ਅਕਤੂਬਰ ਨੂੰ ਚੱਕਾ ਜਾਮ ਕਰ ਰਹੇ ਹਾਂ ਰੇਲਾਂ ਦਾ। ਅਤੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ ਬੇਨਤੀ ਹੈ ਕਿ 12:30 ਵਜੇ ਤੋਂ ਲੈ ਕੇ 2:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ।